ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਛੇਵੀਂ ਜਮਾਤ ਵਿਸ਼ਾ ਪੰਜਾਬੀ ਪਾਠ ਨੰਬਰ 6 ਬਾਬਾ ਬੁੱਢਾ ਜੀ ਅੱਜ ਬੱਚਿਓ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਬੱਚਿਓ ਚੈਨਲ ਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਪਾਏ ਹੋਏ ਨੇ ਉਹ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਪੰਜਾਬੀ ਤੋਂ ਇਲਾਵਾ ਬੱਚਿਓ ਚੈਨਲ ਤੇ ਸਾਰੇ ਪਾਠਾਂ ਦੇ ਸਾਰੇ ਸਬਜੈਕਟ ਕਰਾਏ ਹੋਏ ਨੇ ਠੀਕ ਹੈ ਜਿਵੇਂ ਇੰਗਲਿਸ਼ ਹਿੰਦੀ ਵੈਲਕਮ ਆਈਫੋਰ ਕੰਪਿਊਟਰ ਖੇਤੀਬਾੜੀ ਠੀਕ ਹੈ ਸਰੀਰਕ ਸਿੱਖਿਆ ਇਹ ਸਾਰੇ ਸਬਜੈਕਟਾਂ ਦੇ ਮਤਲਬ ਜੋ ਪ੍ਰਸ਼ਨ ਉੱਤਰ ਕਰਵਾਏ ਹੋਏ ਨੇ ਤੁਸੀਂ ਅਲੱਗ-ਅਲੱਗ ਪਲੇਲਿਸਟਾਂ ਦੇ ਵਿੱਚ ਜਾ ਕੇ ਲੱਭ ਸਕਦੇ ਹੋ ਹੁਣ ਬੱਚੋ ਆਪਾਂ ਇਸ ਪਾਠ ਦਾ ਪਾਠ ਵਿਆਸ ਕਰਦੇ ਹਾਂ ਇਸ ਤੇ ਲਿਖਿਆ ਹੈ ਕਿ ਬੱਚੋ ਪ੍ਰੋਫੈਸਰ ਜਗਦੀਸ਼ ਸਿੰਘ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਬੁੜੇ ਨਾਂ ਦਾ ਬਾਲਕ ਕੀ ਕਰਦਾ ਹੁੰਦਾ ਸੀ ਉੱਤਰ ਬੁੜੇ ਨਾਂ ਦਾ ਬਾਲਕ ਗਊਆਂ ਚਰਾਉਂਦਾ ਹੁੰਦਾ ਸੀ ਪ੍ਰਸ਼ਨ ਨੰਬਰ 2 ਬੁਢਾ ਉਦਾਸ ਕਿਉਂ ਰਹਿੰਦਾ ਸੀ ਉੱਤਰ ਬੁੜੇ ਨੂੰ ਹਰ ਵਕਤ ਮੌਤ ਦਾ ਡਰ ਰਹਿੰਦਾ ਸੀ ਇਸ ਕਰਕੇ ਉਹ ਉਦਾਸ ਰਹਿੰਦਾ ਸੀ ਪ੍ਰਸ਼ਨ ਨੰਬਰ 3 ਗੁਰੂ ਸਾਹਿਬ ਨੇ ਬੁੜੇ ਨੂੰ ਕਿਸ ਚੀਜ਼ ਦੀ ਦਾਤ ਬਖਸ਼ੀ ਅਤੇ ਉਸ ਦਾ ਨਾਂ ਉਸ ਦਾ ਕੀ ਨਾਂ ਰੱਖਿਆ ਉੱਤਰ ਗੁਰੂ ਸਾਹਿਬ ਨੇ ਬੁੜੇ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਅਤੇ ਉਸ ਦਾ ਨਾਂ ਬਾਬਾ ਬੁੱਢਾ ਰੱਖਿਆ ਪ੍ਰਸ਼ਨ ਨੰਬਰ no 4 ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਅਤੇ ਉਹਨਾਂ ਦੇ ਬੱਚਿਆਂ ਨੂੰ ਕਿਸ ਪ੍ਰਕਾਰ ਦੀ ਸਿੱਖਿਆ ਦਿੱਤੀ ਉੱਤਰ ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਅਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਤੇ ਸ਼ਾਸਤਰ ਵਿੱਦਿਆ ਦੀ ਸਿੱਖਿਆ ਦਿੱਤੀ ਸੀ ਪ੍ਰਸ਼ਨ ਨੰਬਰ 5 ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕੀ ਅਸੀਸ ਦਿੱਤੀ ਉੱਤਰ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਅਸੀਸ ਦਿੱਤੀ ਕਿ ਤੁਹਾਡੇ ਘਰ ਅਜਿਹਾ ਪੁੱਤਰ ਜਨਮ ਲਵੇਗਾ ਜੋ ਦੁਸ਼ਮਣਾਂ ਦੇ ਸਿਰ ਗੰਡੇ ਵਾਂਗ ਪੰਨੇਗਾ। ਪ੍ਰਸ਼ਨ ਨੰਬਰ ਛੇ। ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਕਿਸ ਪ੍ਰਕਾਰ ਦੀ ਸੇਵਾ ਕੀਤੀ? ਉੱਤਰ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਪਹਿਲੇ ਗ੍ਰੰਥੀ ਦੇ ਰੂਪ ਵਿੱਚ ਸੇਵਾ ਕੀਤੀ। ਪ੍ਰਸ਼ਨ ਨੰਬਰ 2। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਬੱਗ। ਖੇਤ ਵਿੱਚ ਪਸ਼ੂਆਂ ਦਾ ਬੱਗ ਚੱਲ ਰਿਹਾ ਹੈ। ਬੱਗ ਮਤਲਬ ਹੁੰਦਾ ਵਿੱਚ ਉਹ ਪਸ਼ੂਆਂ ਦਾ ਇਕੱਠ ਪਸ਼ੂਆਂ ਦਾ ਝੁੰਡ। ਨੰਬਰ 2 ਅਡੋਲ ਸਮਾਦੀ ਸਾਧੂ ਅਡੋਲ ਬੱਚਾ ਹੁੰਦਾ ਜੋ ਬਿਨਾਂ ਡੋਲੇ ਠੀਕ ਹੈ ਸਾਧੂ ਸਮਾਦੀ ਵਿੱਚ ਅਡੋਲ ਬੈਠਾ ਸੀ ਅਨੋਖਾ ਮੈਂ ਇੱਕ ਅਨੋਖਾ ਜਾਨਵਰ ਦੇਖਿਆ ਨੰਬਰ 4 ਆਦਰ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਨੰਬਰ 5 ਤਰਕਾਲਾਂ ਨੰਬਰ 5 ਹੈਗੇ ਬੱਚੋ ਤਰਕਾਲਾਂ ਤਰਕਾਲਾਂ ਪਹਿਨਣ ਤੇ ਸਾਰੇ ਕਰਮੁੜ ਆਉਂਦੇ ਹਨ ਤਰਕਾਲਾਂ ਕੀ ਹੁੰਦੇ ਵਿੱਚੋਂ ਸ਼ਾਮ ਪੈ ਜਾਣੀ ਠੀਕ ਹੈ ਸੂਰਜ ਟਲ ਜਾਣਾ ਸੁਲਜਿਆ ਪਾਈ ਵੀਰ ਸਿੰਘ ਇੱਕ ਸੁਲਜਿਆ ਲੇਖਕ ਸੀ ਸੁਲਜਿਆ ਕੀ ਹੁੰਦੇ ਵਿੱਚੋਂ ਸਮਝਦਾਰਾ ਮਸ਼ਹੂਰ ਸਾਡਾ ਘਰ ਪੂਰੇ ਇਲਾਕੇ ਵਿੱਚ ਸਾਡਾ ਸਕੂਲ ਪੂਰੇ ਇਲਾਕੇ ਵਿੱਚ ਮਸ਼ਹੂਰ ਹੈ ਠੀਕ ਹੈ ਮਸ਼ਹੂਰ ਤੇ ਵਿੱਚੋਂ ਤੁਸੀਂ ਕੋਈ ਵੀ ਬਣਾ ਸਕਦੇ ਹੋ ਠੀਕ ਹੈ ਕੋਈ ਸੇ ਮਸ਼ਹੂਰ ਸਿੰਗਰ ਤੇ ਬਣਾ ਸਕਦੇ ਹੋ ਗਾਇਕ ਤੇ ਠੀਕ ਹੈ ਵੀ ਉਸ ਦਾ ਨਾਮ ਲਿਖ ਸਕਦੇ ਹੋ ਠੀਕ ਹੈ ਜਿਵੇਂ ਗੁਰਦਾਸ ਮਾਨ ਪੰਜਾਬੀ ਗੀਤਾਂ ਲਈ ਬਹੁਤ ਮਸ਼ਹੂਰ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਵਾਕ ਬਣਾ ਸਕਦੇ ਹੋ। ਹੇਠ ਦੇਖਿਆ ਸ਼ਬਦ ਕਿਸ ਨੇ ਕਿਸ ਨੂੰ ਕਹੇ? ਉਡਾ ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ। ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਇਹ ਸ਼ਬਦ ਵਿੱਚੋਂ ਕਿਸ ਨੇ ਕਹੇ ਸੀ? ਇਹ ਸ਼ਬਦ ਬੁੜੇ ਨਾਂ ਦੇ ਬਾਲਕ ਨੇ ਗੁਰੂ ਨਾਨਕ ਦੇਵ ਜੀ ਨੂੰ ਕਹੇ ਸਨ। ਅੜਾ ਹੇ ਬਾਲਕ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਈ। ਤੂੰ ਤਾਂ ਅਜੇ ਬਾਲੇਂ ਤੇਰਾ ਕੀ ਤੇਰਾ ਨਾਂ ਕੀ ਹੈ? ਉਤਰਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਬੁੜੇ ਨਾਂ ਦੇ ਬਾਲਕ ਨੂੰ ਕਹੇ ਸਨ ਈੜੀ ਤੂੰ ਬੁੜਾ ਨਹੀਂ ਬੁੱਢਾ ਹੈ ਏ ਬੁੱਡੇ ਬਾਲਕ ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ਉਤਰਾ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਬੁੜੇ ਨਾਂ ਦੇ ਬਾਲਕ ਨੂੰ ਕਹੇ ਸਨ ਸਸਾ ਜੇ ਕਿਸੇ ਕੋਲੋਂ ਅਸੀਸ ਲੈਣ ਜਾਣਾ ਹੋਵੇ ਤਾਂ ਇਸ ਤਰ੍ਹਾਂ ਰਥਾਂ ਵਿੱਚ ਝੜ ਕੇ ਨਹੀਂ ਜਾਈਦਾ ਇਹ ਸ਼ਬਦ ਕਿਸ ਨੇ ਕਹੇ ਸੀ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਹੇ ਸੀ ਹਾ ਹੇ ਤੇਰੇ ਘਰ ਵਿੱਚ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਈਸੀ ਤਰ੍ਹਾਂ ਦੁਸ਼ਮਣਾਂ ਦੇ ਸਿਰ ਪੰਨੇਗਾ ਇਹ ਸ਼ਬਦ ਵਿੱਚੋਂ ਕਿਸ ਨੇ ਕਹੇ ਸੀ ਇਹ ਸ਼ਬਦ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕਹੇ ਸਨ ਵਿਆਕਰਨ ਦਿੱਤੇ ਪੈਰੇ ਵਿੱਚੋਂ ਆਮ ਨਾਮ ਅਤੇ ਖਾਸ ਨਾਮ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਅਤੇ ਉਸ ਦਾ ਨਾਮ ਬਾਬਾ ਬੁੱਢਾ ਰੱਖ ਦਿੱਤਾ। ਬਾਬਾ ਬੁੱਢਾ ਜੀ ਪੂਰਨ ਗੁਰਸਿੱਖ ਹੋਏ। ਛੇਵੇਂ ਗੁਰੂ ਹਰਗੋਬਿੰਦ ਜੀ ਤੱਕ ਮਨੁੱਖੀ ਜਾਂਮੇ ਵਿੱਚ ਰਹੇ। ਗੁਰੂ ਘਰ ਦੀ ਬੜੀ ਸੇਵਾ ਕੀਤੀ। ਜਦੋਂ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਬਣਿਆ ਤਾਂ ਉਸ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਨੇ ਬਹੁਤ ਸੇਵਾ ਕੀਤੀ। ਦਰਬਾਰ ਸਾਹਿਬ ਦੀ ਡਿਊਟੀ ਤੋਂ ਅੰਦਰ ਪ੍ਰਕਰਮਾਂ ਵਿੱਚ ਵੜਦਿਆਂ ਹੀ ਸਾਹਮਣੇ ਬਾਬਾ ਬੁੱਢਾ ਜੀ ਦੀ 베ਰੀ ਹੈ। ਤਾਂ ਵਿੱਚ ਇੱਥੇ ਆਪਣੇ ਆਮ ਨਾਮ ਅਤੇ ਖਾਸ ਨਾਮ ਲਿਖਣੇ ਨੇ। ਗੁਰੂ ਜੀ ਡਿਊਟੀ ਪ੍ਰਿਕਰਮਾ ਇਹ ਸ਼ਬਦ ਵਿੱਚ ਕੀ ਨੇ ਇਹ ਹੈਗੇ ਨੇ ਆਮ ਨਾਮ ਤੇ ਅੱਗੇ ਹੈਗੇ ਬੱਚੋ ਗੁਰੂ ਹਰਗੋਬਿੰਦਾ ਨੂੰ ਅੰਮ੍ਰitsar ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦਰਬਾਰ ਸਾਹਿਬ ਬੇਰੀ ਇਹ ਸ਼ਬਦ ਵਿੱਚ ਕੀ ਨੇ ਇਹ ਹੈਗੇ ਨੇ ਖਾਸ ਨਾਮ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਸ ਸਾਈਡ ਤੇ ਆਮ ਨਾਮ ਨੇ ਦੂਜੀ ਸਾਈਡ ਖਾਸ ਨਾਮ ਨੇ ਠੀਕ ਹੈ ਇਸ ਤਰ੍ਹਾਂ ਬੱਚੋ ਇਸ ਪਾਠ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਧੰਨਵਾਦ